ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ SIT ਦੇ ਸਾਹਮਣੇ ਪੇਸ਼ ਹੋਣ ਦੇ ਮੁੱਦੇ ਤੇ ਕਿਹਾ ਕਿ ਇਹਨਾਂ ਨੂੰ SIT ਦੇ ਸਾਹਮਣੇ ਬਿਆਨ ਦਰਜ ਕਰਵਾਉਣ ਦੀ ਜਗ੍ਹਾ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਸਾਹਮਣੇ ਆਪਣਾ ਪੱਖ ਰੱਖਣਾ ਚਾਹੀਦਾ ਸੀ। ਇਹਨਾਂ ਨੇ ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਦੇ ਉੱਤੇ ਲਾਂਛਨ ਲਾਏ ਸੀਗੇ, ਅੱਜ ਮੈਂ ਸਮਝਦਾ ਵੀ ਜਾ ਕੇ ਗੁਰੂ ਘਰ ਦੇ ਅੰਦਰ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਮਾਫ਼ੀ ਦਾ ਬਾਅਦ 'ਚ ਮੰਗਣਗੇ, ਪਰ ਜਸਟਿਸ ਰਣਜੀਤ ਸਿੰਘ ਤੋਂ ਜ਼ਰੂਰ ਮਾਫ਼ੀ ਮੰਗਣੀ ਚਾਹੀਦੀ ਹੈ, ਕਿਉਂਕਿ ਜਦੋਂ ਅੱਜ ਚੱਲੇ ਹੈ SIT ਦੇ ਸਾਹਮਣੇ ਪੇਸ਼ ਹੋਣ, ਬਾਦਲ ਸਾਹਿਬ ਕੱਲ੍ਹ ਪੇਸ਼ ਹੋਣੇ ਹੈ ਅਤੇ ਸੁਖਬੀਰ ਬਾਦਲ 19 ਤਰੀਕ ਨੂੰ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਹੈ, ਕਿਹੜੇ ਮੂੰਹ ਨਾਲ ਜਾਣਗੇ? ਆਹ ਦਰਸਾਉਂਦਾ ਹੈ ਵੀ ਲੋਕਾਂ ਦਾ ਗੁੱਸਾ ਜਿਹੜਾ ਰੰਗ ਲੈ ਕੇ ਆ ਰਿਹਾ। ਟਕਸਾਲੀ ਅਕਾਲੀਆਂ ਦੀ ਜਿਹੜੀ ਸੰਘਰਸ਼ ਸੀਗਾ ਉਹ ਰੰਗ ਲੈ ਕੇ ਆ ਰਿਹਾ ਅਤੇ ਸਾਰੇ ਸੰਘਰਸ਼ ਦੇ ਵਿੱਚੋਂ ਘੱਟੋ ਘੱਟ SGPC ਜਿਹੜੀ ਹੈ ਇਹਨਾਂ ਦੇ ਚੁੰਗਲ 'ਚੋਂ ਆਜ਼ਾਦ ਹੋਊਗੀ ਅਤੇ ਅਗਲਾ SGPC ਦਾ ਜਿਹੜਾ ਪ੍ਰਧਾਨ ਹੈ ਉਹ ਲੋਕਾਂ ਦੀ ਇੱਛਾ ਮੁਤਾਬਕ ਚੁਣਿਆ ਜਾਊਗਾ, ਨਾ ਕਿ ਸੁਖਬੀਰ ਬਾਦਲ ਦੀ ਜੇਬ 'ਚੋਂ ਨਿਕਲੂਗਾ। ਇਸ ਤੋਂ ਇਲਾਵਾ SGPC ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਦੇ ਉੱਤੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਆਖਰੀ ਵਾਰ ਹੋਵੇਗਾ ਕਿ ਇਸ ਤਰ੍ਹਾਂ SGPC ਪ੍ਰਧਾਨ ਸੁਖਬੀਰ ਬਾਦਲ ਦੇ ਲਿਫਾਫੇ ਵਿੱਚੋਂ ਨਿਕਲਿਆ, ਕਿਉਂਕਿ ਹੁਣ ਲੋਕਾਂ ਅਤੇ ਸਿੱਖ ਟਕਸਾਲੀਆਂ ਦਾ ਗੁੱਸਾ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਤੱਕ ਪਹੁੰਚ ਰਿਹਾ ਹੈ। SGPC ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜੇਬ 'ਚੋਂ ਲਿਫਾਫੇ 'ਚੋਂ ਨਿਕਲੇ ਹੈ। ਮੇਰਾ ਮੰਨਣਾ ਹੈ ਆਖਰੀ ਦਫ਼ਾ ਹੈ ਜਦੋਂ SGPC ਦਾ ਪ੍ਰਧਾਨ ਇਸ ਤਰ੍ਹਾਂ ਲਿਫਾਫੇ 'ਚੋਂ ਨਿਕਲੇ, ਕਿਉਂਕਿ ਲੋਕਾਂ ਦਾ ਅਤੇ ਖਾਸ ਤੌਰ 'ਤੇ ਸਿੱਖ ਸੰਗਤ ਦਾ ਜਿਹੜਾ ਗੁੱਸਾ ਹੈ ਅਤੇ ਜਿਹੜੇ ਟਕਸਾਲੀ ਅਕਾਲੀਆਂ ਦਾ ਗੁੱਸਾ ਹੈ ਉਹਦਾ ਸੇਕ ਹੁਣ ਇਹਨਾਂ ਤਾਈਂ ਪਹੁੰਚ ਰਿਹਾ ਜਿਨ੍ਹਾਂ ਨੇ ਅਕਾਲੀ ਦਲ ਦੇ ਉੱਤੇ ਕਬਜ਼ਾ ਕਰ ਰੱਖਿਆ। ਉਹ ਸੇਕ ਦਾ ਨਤੀਜਾ ਹੈ, ਲੋਕਾਂ ਦੇ ਗੁੱਸੇ ਦਾ ਨਤੀਜਾ ਹੈ ਵੀ ਅੱਜ ਜਿਹੜੀ ਗੱਲ ਜਿਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ 5-5 ਰੁਪਈਆਂ 'ਚ ਬਾਹਰ ਵੇਚਣ ਦਾ ਇੱਕ ਟਕੌਂਸਲਾ ਇਹਨਾਂ ਨੇ ਕੀਤਾ ਸੀਗਾ, ਅੱਜ ਆਪਣੀ ਗੱਲ ਆਖੀ ਹੋਈ ਇਹਨਾਂ ਨੂੰ ਵਾਪਸ ਲੈਣੀ ਪਈ ਹੈ। ਅੱਜ ਉਸੇ ਕਮਿਸ਼ਨ ਦੇ ਤਹਿਤ ਬਣੀ SIT ਦੇ ਸਾਹਮਣੇ ਮਜਬੂਰ ਹੋਇਆ ਹੋਣਾ ਪਿਆ ਹੈ ਖੁਦ ਵੱਡੇ ਬਾਦਲ ਸਾਹਿਬ ਅਤੇ ਸੁਖਬੀਰ ਬਾਦਲ ਜਦੋਂ ਅੱਜ ਜਾ ਕੇ ਉੱਥੇ ਪੇਸ਼ ਹੋਣਗੇ SIT ਦੇ ਸਾਹਮਣੇ ਕਿਹੜੇ ਮੂੰਹ ਨਾਲ ਜਾਣਗੇ। ਤੁਹਾਨੂੰ ਦੱਸ ਦਿਆਂ ਕਿ ਸੁਨੀਲ ਜਾਖੜ ਚੰਡੀਗੜ੍ਹ ਦੇ Sector 15 ਵਿੱਚ ਮੌਜੂਦ ਕਾਂਗਰਸ ਆਫਿਸ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਉੱਤੇ ਨਿਸ਼ਾਨਾ ਸਾਧਿਆ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ TV।